ਵਿਤਕਰਾ ਸੀਗਾ ਵਿਤਕਰੇ ਦੇ ਵਿਰੁੱਧ ਲੋਕਾਂ ਦੇ ਰਿਵੋਲਟ ਵੀ ਸੀ ਬਗਾਵਤਾਂ ਵੀ ਸੀ ਬੁੱਧਿਜ਼ਮ ਬਗਾਵਤ ਸੀ ਗੁਰੂ ਨਾਨਕ ਦੇਵ ਜੀ ਦੀ ਬਗਾਵਤ ਸੀ ਕਬੀਰ ਦੀ ਬਗਾਵਤ ਸੀ ਇਹ ਬਹੁਤ ਆਪਣੇ ਰੂਪ ਚ ਬਗਾਵਤਾਂ ਹੁੰਦੀਆਂ ਰਹੀਆਂ ਜਵਾਬ ਵੀ ਦਿੱਤਾ ਲੋਕਾਂ ਨੇ ਪਰ ਰਾਜਨੀਤੀ ਕਰਨ ਲਈ ਸੱਤਾ ਦੇ ਕਾਬਜ ਹੋਣ ਲਈ ਔਰ ਰਾਜਨੀਤੀ ਇਸ ਕਰਕੇ ਕਿ ਦੇਸ਼ ਨੂੰ ਲੁੱਟਣਾ ਆਰਥਿਕ ਤੌਰ ਤੇ ਲੁੱਟਣਾ ਹਰ ਤਰੀਕੇ ਨਾਲ ਸੱਭਿਆਚਾਰਕ ਤੌਰ ਤੇ ਲੁੱਟਣਾ ਧਾਰਮਿਕ ਤੌਰ ਤੇ ਵੀ ਗਲਬਾ ਇੱਕ ਖਾਸ ਧਰਮ ਦਾ ਪਾਉਣਾ ਅੰਗਰੇਜ਼ਾਂ ਨੇ ਸਾਨੂੰ ਇੱਕ ਨਵੀਂ ਦਿਸ਼ਾ ਤੇ ਇੱਕ ਨਵਾਂ ਰੂਪ ਸਾਡੀ ਰਾਜਨੀਤੀ ਦਾ ਦਿੱਤਾ ਅਸੀਂ ਉਹੀ ਸਿਸਟਮ ਸਾਰਾ ਗਵਰਨਮੈਂਟ ਜਿਹੜਾ ਇੰਡੀਆ ਦਾ ਰੂਲ ਬਣਾਇਆ ਸੀ 1935 ਦਾ उस नूं लै के कॉन्स्टिट्यूशन नूं इंप्रूव करके अपनी कॉन्स्टिट्यूंट असैंबली बना के असी उहदे ते मोहर ला के ते उस सिस्टम नूं अगे रखे अजे तक जो सैकुलर क्रेडेंशियल सीगे सिस्टम साडे दे कॉन्स्टिट्यूशन दे उह किसे रूप च पूरे रूप च ते नहीं पर फिर भी अध बचदे किसे ना किसे रूप च चलदे रहे कांग्रेस ने बथेरा जातां नूं भी वरतिया ते मजहब नूं भी वरतिया कई बार तिखे रूप च वरतिया किसे वेले लुकवें दे विच वरतिया ਉਹ ਗਰਾਊਂਡ ਜਿਹੜੀ ਤਿਆਰ ਕੀਤੀ ਉਸ ਦੇ ਉੱਤੇ ਜਿਸ ਕਦਰ ਪਿਛਲੇ 7 ਸਾਲਾਂ 'ਚ ਬੀਜੇਪੀ ਨੇ ਕਬਜ਼ਾ ਕੀਤਾ ਉਹ ਤੇ ਤੋਬਾ ਕਰਾਤੀ ਉਹ ਤੇ ਕਾਂਗਰਸ ਵੀ ਅੱਗੇ ਭੱਜੀ ਫਿਰਦੀ ਆ ਤੇ ਆਪਣੇ ਮੂੰਹ ਤੇ ਆਪ ਚਪੇੜਾ ਮਾਰ ਰਹੀ ਆ ਕਿ ਅਸੀਂ ਕਿਉਂ ਵੇਲੇ ਸਿਰੇ ਕਿਹੜੇ ਅਸੀਂ ਕੰਡੇ ਬੀਜੇ ਸੀ ਹੁਣ ਉਹ ਸਾਡੇ ਉੱਤੇ ਹੁਣ ਸਾਰਾ ਕੁਝ ਡਿੱਗਣ ਲੱਗਾ ਪਰ ਹੁਣ ਇੰਨੀ ਲੇਟ ਹੋ ਗਿਆ ਇਸ ਪਛਤਾਉਣ ਦੇ ਨਾਲ ਕੁਝ ਨਹੀਂ ਹੋਣਾ ਰਾਹੁਲ ਗਾਂਧੀ ਬਥੇਰੇ ਬਿਆਨ ਦਿੰਦਾ ਆ ਹੋ ਰਿਹਾ ਪ੍ਰਿਯੰਕਾ ਵੀ ਦਿੰਦੀ ਆ ਵਿੱਚ ਸੋਨੀਆ ਗਾਂਧੀ ਵੀ ਆ ਜਾਂਦੀ ਆ ਪਰ ਚੱਲਦੀ ਨਹੀਂ ਚੱਲਦੀ ਕਿ ਇਸ ਕਰਕੇ ਨਹੀਂ ਕਿ ਜਿਸ ਤਿੱਖੀ ਸੁਰ 'ਚ ਔਰ ਜਿਸ ਹਮਲਾਵਰ ਤਰੀਕੇ ਦੇ ਨਾਲ ਬੀਜੇਪੀ ਨੇ ਹਮਲਾ ਆਪਣੇ ਲੋਕਾਂ ਤੇ ਕਰਤਾ ਉਹ ਐਡਾ ਵੱਡਾ ਹਮਲਾ ਕਿ ਸਾਰੇ ਲੋਕ ਵੀ ਇਕੱਠੇ ਕਰਦੇ ਜੀ ਇੱਕ ਪਾਸੇ ਉਹ ਇਸ ਚੀਜ਼ਾਂ ਨੂੰ ਵਰਤਣਾ ਚਾਹੁੰਦੀ ਜਿਹੜੀ ਤੁਸੀਂ ਗੱਲ ਕਹੀ ਧਰਮ ਨੂੰ ਵੀ ਵਰਤ ਰਹੀ ਆ ਰਾਮ ਨੂੰ ਵੀ ਵਰਤ ਰਹੀ ਆ ਦੇਖੋ ਕਿੱਡੀ ਮਾੜੀ ਗੱਲ ਆ ਇਹ ਤਾਂ ਪਾਪ ਆ ਇਹ ਤੇ ਆਹ ਧਰਮ ਵਾਲੀ ਗੱਲ ਹੀ ਨਹੀਂ ਕੋਈ ਕਿ ਰਾਮ ਜੀ ਜਿਹੜੇ ਸਾਡੇ ਸਾਰਿਆਂ ਦੇ ਸਾਂਝੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਰ-ਬਾਰ ਉਹਨਾਂ ਦਾ ਨਾਮ ਆਉਂਦਾ ਨਹੀਂ ਉਹ ਕਹਿੰਦੇ ਕਿ ਜੈ ਸ਼੍ਰੀ ਰਾਮ ਦਾ ਨਾਰਾ ਲਾਉਂਗੇ ਤਾਂ ਤੁਸੀਂ ਭਾਰਤੀਆਂ ਨੇ ਭਾਰਤੀ ਨਹੀਂ ਇਸ ਢੰਗ ਨਾਲ ਜਿਹੜਾ ਉੱਥੇ ਵੀ ਪੱਛਮੀ ਬੰਗਾਲ 'ਚ ਮੈਂ ਦੇਖਦਾ ਨਹੀਂ ਕੀ ਇਹ ਭਾਰਤੀ ਜਨਤਾ ਪਾਰਟੀ ਇਹ ਦਿਖਾ ਸਕਦੀ ਹੈ ਕਿ ਰਾਮ ਜੀ ਨੇ ਭਾਰਤੀ ਜਨਤਾ ਪਾਰਟੀ ਦੀ ਕੋਈ ਰਸੀਦ ਕਟਾਈ ਹੋਈ ਹੈ ਕਿ ਉਹਨਾਂ ਨੇ ਮੈਂਬਰਸ਼ਿਪ ਲਈ ਹੋਈ ਹੈ ਉਹ ਸਾਰਿਆਂ ਦੇ ਨੇ ਤੁਸੀਂ ਤੇ ਆਖਰੀ ਗੱਲ ਕਰਤੀ ਮੈਂ ਵੀ ਹੰਬਲ ਤਰੀਕੇ ਨਾਲ ਇਹੀ ਸਬਮਿਸ਼ਨ ਕਰਨੀ ਚਾਹੁੰਦਾ ਦੀਪਕ ਜੀ ਰਾਮ ਹੋਏ ਜਾਂ ਰਹੀਮ ਹੋਏ ਅੱਲਾ ਹੋਏ ਜਾਂ ਵਾਹਿਗੁਰੂ ਹੋਏ ਜਾਂ ਉਹਨੂੰ ਰੱਬ ਕਹਿ ਲਓ ਆਪਣੇ ਸੂਫੀਆਂ ਨੇ ਵੀ ਸਾਡੇ ਗੁਰੂਆਂ ਨੇ ਵੀ ਸਾਰਿਆਂ ਨੇ ਕਿਹਾ ਇੱਕੋ ਹੀ ਚੀਜ਼ ਹੈ ਕਿਤੇ ਉਹ ਵੀ ਡਾਇਲ ਕਰ ਦਿਓ ਕਾਲ ਇੱਕੋ ਜਗ੍ਹਾ ਜਾਂਦੀ ਹੈ ਫਿਰ ਸਾਡੇ 'ਚ ਤਾਂ ਕੋਈ ਕਿਸੇ ਕਿਸਮ ਦਾ ਵਿਤਕਰਾ ਹੋਣਾ ਹੀ ਨਹੀਂ ਚਾਹੀਦਾ ਧਰਮ ਅਲੱਗ-ਅਲੱਗ ਜਿਹੋ ਜਿਹੇ ਹਾਲਾਤ ਉਹੋ ਜਿਹੇ ਧਰਮ ਪਰ ਉਹ ਕਿੱਥੇ ਤੁਹਾਨੂੰ ਇਹ ਸਿਖਾਉਂਦਾ ਕਿ ਤੁਸੀਂ ਇੱਕ ਦੂਜੇ ਨੂੰ ਨਫ਼ਰਤ ਕਰੋ ਤੇ ਲੜਾਈਆਂ ਕਰੋ ਤੇ ਵੋਟਾਂ ਬਟੋਰੋ ਜੋ ਬਾਹਰ ਵੀ ਹੋ ਰਿਹਾ ਤੇ ਜੋ ਇੱਥੇ ਪੰਜਾਬ 'ਚ ਵੀ ਕੀਤਾ ਜਾ ਰਿਹਾ ਇਹ ਪਹਿਲੀ ਵਾਰੀ ਹੈ ਕਿ ਹਰ ਸਮੁਦਾਇ ਨੂੰ ਉਹਦੀ ਜਾਤ ਜਿਹਨੂੰ ਨਹੀਂ ਪਤਾ ਯਾਦ ਕਰਾਈ ਜਾ ਰਹੀ ਹੈ ਕਿ ਯਾਦ ਕਰੋ ਤੁਹਾਡੀ ਜਾਤ ਕੀ ਹੈ ਤੁਸੀਂ ਕਿੱਥੇ ਤੁਰੇ ਫਿਰਦੇ ਆ ਅਸੀਂ ਤੁਹਾਡੇ ਜਾਤ ਦੇ ਰੱਖਿਆ ਕਿ 21ਵੀਂ ਸਦੀ ਹੈ ਇਹ ਉਲਟੇ ਪਾਸੇ ਇਹ ਤੇ ਵੈਦਿਕ ਪੀਰੀਅਡ ਨੂੰ ਲਿਜਾਣਾ ਚਾਹੁੰਦੇ ਆ ਇਹਨਾਂ ਹਾਲਾਤਾਂ 'ਚ ਜਦੋਂ ਬੀਜੇਪੀ ਦੀ ਬਹੁਤ ਹੀ ਦੁਰਦਸ਼ਾ ਹੋ ਚੁੱਕੀ ਹੈ ਜਾਣੀ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਉਹਦੇ ਵਿੱਚ ਵੀ ਉਹ ਕੁੰਡੀ ਲਾ ਕੇ ਜਿਵੇਂ ਮੱਛੀ ਫੜੀ ਦੀ ਆ ਬਾਰ-ਬਾਰ ਆਪਣੀ ਰਾਜਨੀਤਿਕ ਮੱਛੀ ਫੜਨ ਦੀ ਕੋਸ਼ਿਸ਼ ਕਰ ਰਿਹਾ ਜਾਤਾਂ ਦੇ ਨਾਂ ਤੇ ਮੈਂ ਨਿੱਕੀ ਐਗਜ਼ਾਮਪਲ ਦੇਣਾ ਮੈਨੂੰ ਸੁਣ ਕੇ ਹੈਰਾਨ ਹੋ ਗਈ ਮੈਨੂੰ ਨਾਂ ਲੈਣ 'ਚ ਵੀ ਕੋਈ ਹਰਜ ਨਹੀਂ ਹੈ ਕਿ ਦੀਵਾਨ ਅਮਿਤ ਅਰੋੜਾ ਉਹ ਇੱਕ ਚੈਨਲ 'ਤੇ ਬੈਠੇ ਸੀ ਉਹ ਕਹਿੰਦੇ ਜੀ ਬੀਜੇਪੀ ਦੇ MLA ਜਿਨ੍ਹਾਂ ਦਾ ਹੁਣੇ ਮਲੋਟ ਦੇ ਵਿੱਚ ਨਰਾਦਰ ਹੋਇਆ ਜਾਂ ਉਹਨਾਂ ਦੇ ਕੱਪੜੇ ਫਾੜੇ ਗਏ ਸਾਰਿਆਂ ਨੇ ਨਿੰਦਾ ਕੀਤੀ ਅਸੀਂ ਵੀ ਕਰ ਰਹੇ ਉਹਨਾਂ ਨੇ ਕਿਹਾ ਜੀ ਇਹ ਬੀਜੇਪੀ ਦੇ MLA ਤੇ ਨਹੀਂ ਹਮਲਾ ਹੋਇਆ ਇਹ ਅਰੋੜਿਆਂ ਤੇ ਹਮਲਾ ਹੋ ਗਿਆ ਬੋਹਰ ਦੇ ਵਿੱਚ 50% ਉਹਨੂੰ ਵੀ ਜੋੜ ਲਓ ਉਹਦੇ ਨਾਲ ਉੱਥੇ ਬੋਹਰ ਦੇ ਵਿੱਚ 50% ਅਰੋੜੇ ਹੈਗੇ ਆ ਦੱਸ ਦੇਣਗੇ ਉਹਨਾਂ ਨੇ ਮੀਟਿੰਗ ਕਰਤੀ ਆ ਉਹਨਾਂ ਨੇ ਬੰਦ ਕਰਤਾ ਪੰਜਾਬ ਦੇ ਵਿੱਚ 20% ਇਹਨਾਂ ਕੋਲ ਅੰਕੜੇ ਪਤਾ ਨਹੀਂ ਕਿੱਥੋਂ ਆਏ ਸਾਡੇ ਕੋਲ ਤਾਂ ਕੋਈ ਅੰਕੜੇ ਹੈ ਨਹੀਂ 20% ਅਰੋੜੇ ਆ ਉੱਥੇ ਸਿੱਖ ਵੀ ਆ ਉੱਥੇ ਰੋਸਾ ਭਾਰਤੀ ਜਨਤਾ ਪਾਰਟੀ ਖਿਲਾਫ ਸੀ ਭਾਜਪਾ ਦੇ ਨੁਮਾਇੰਦੇ ਖਿਲਾਫ ਸੀ ਨਾ ਕਿ ਉੱਥੇ ਕਿਸੇ ਵਿਅਕਤੀ ਵਿਸ਼ੇਸ਼ ਖਿਲਾਫ ਗੱਲ ਕਹਿ ਰਿਹਾ ਕਿ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਅਰੋੜਾ ਸਾਹਿਬ ਆਏ ਆ ਤੇ ਅਸੀਂ ਇਸ ਕਰਕੇ ਤੁਹਾਡੇ ਤੇ ਅਸੀਂ ਆ ਹਮਲਾ ਕਰਨਾ ਬਿਲਕੁਲ ਇਹ ਗੱਲ ਹੀ ਨਹੀਂ ਸਵਾਲ ਹੀ ਸਾਰਿਆਂ ਨੂੰ ਪਤਾ ਕਿ ਬੀਜੇਪੀ ਦੇ MLA ਨੂੰ ਕੀਤਾ ਤੇ ਤੁਸੀਂ ਉਹਨੂੰ ਰਾਜਨੀਤਿਕ ਮਾਮਲਾ ਰਹਿਣ ਦਿਓ ਨਾ ਜਾਤੀਗਤ ਕਿੱਥੇ ਜੋੜਦਾ ਲੋਕਾਂ 'ਚ ਜਾਣੀ ਫਿਰਕਾ ਪ੍ਰਸਤੀ ਪਾਤੀ ਇੱਥੇ ਨਹੀਂ ਟਿਕਿਆ ਉਹ ਤੁਸੀਂ ਕਹਿੰਦੇ ਜੀ ਸਾਡੇ ਸੋਮ ਪ੍ਰਕਾਸ਼ ਦੇ ਵਿਰੁੱਧ ਵੀ ਉਦੋਂ ਹਮ ਇਸੇ ਤਰੀਕੇ ਨਾਲ ਕੀਤਾ ਔਰ ਸੋਮ ਪ੍ਰਕਾਸ਼ ਜਿਹੜੇ ਆ ਉਹ ਦਲਿਤ ਸਮੁਦਾਇ ਦੇ ਆ ਤੁਸੀਂ ਦਲਿਤਾਂ ਦੀ ਵੀ ਇਸ ਤਰ੍ਹਾਂ ਹੀ ਬੇਇੱਜ਼ਤੀ ਕਰਦੇ ਉਹਦੇ ਤੇ ਵੀ ਕਰਤਾ ਉਹ ਕੇਂਦਰੀ ਮੰਤਰੀ ਹੈ मैं यही गल कह रहा और भारतीय जनता पार्टी सवाए जातां तो मजहबां तो लड़ाइयां तो नफरत दे बीज तो सवेरे ही एक लैके ना टोकरी नफरत दे बीज दी छट्टा देन चल पैंदे सारे बीजेपी वाले और उन्हां दा इक्को एक सरोकार है कि इस दे विच सत्ता नूं किवें कब्जा करना और आर एस एस के नाँ के उत्ते हिंदू राष्ट्र नूं इत्थे किवें काबज कराउणा इक्को सिंगल पॉइंट मुद्दा लैके चले हो और उन्हां नूं इस गल दा ऐं पूरा भरोसा कि हुण जिवें असीं सत्ता कर लई अपने हत्थ च इह असीं जाण नहीं देनी। ओह हुक और क्रुक तुसीं सारियां चीज़ां देखोगे जे ध्यान नाल तिन्ने डिफेंस फोर्सेस दा इकट्ठा करके अपने कोल लैण हाँ जिहड़ा उहदा सीडीएस जिन्हूं कहिंदे आ बिपिन रावत उहनूं बनाता है ना जी इकट्ठा करता। इस तरीके नाल जो पैनीट्रेशन बाकी अदारियां दे विच इलैक्शन कमीशन होवे कोर्टां होण ईडी सीबीआई वो तो पहले ही जे सी सारी जगह इन्ने वड्डे पद्धर ते पैनीट्रेशन करके दीपक जी ते उन्हां नूं इह पूर्ण उन्हां ने अपने आप दे विच भरोसा बना लिया होया कि असीं लड़ांगे मरांगे कट्टांगे नफरत पूरे देश नूं अग दे विच झोक सकदे पर सत्ता नहीं छड्डणी। उसे ही लय दे विच सॉरी मैं कोई गल उसे ही मानसिकता विचों जिहड़ा पंजाब दे अंदर दलितां दे अंदर क्योंकि इत्थे रूरल एरिया 37% आ ओवरऑल 32% आ सारे इंडिया नालों इत्थे दलित पापूलेशन ज़्यादा हुण इन्हां नूं कोल ये जट वर्सेस दलित मामला खड़ा करना चाहुंदे आ। सानूं ये 2 महीने पहलां तुहाडे तों ही ते कुछ जर्नलिस्टां तो सारियां तो भिड़क जी पई सी भी इहो जी थल्ले थल्ले इहो जी चर्चा चल रही है। असीं उदण तो मीटिंगां करके ਪਹਿਲਾਂ 15-20 दिन ਪਹਿਲਾਂ एक कन्वेंशन लुधियाने सद्दी सी गुरु नानक स्टेडियम गुरु नानक हॉल च उदों बाद असीं इह वड्डी रैली एस आर लद्दड़ होर सारे असीं मिल के जिहड़ी 28 तरीक नूं मार्च नूं करके हटे आ। सानूं रोकां रुकावटां बहुत पाईयां गईयां असीं रुके नहीं ओह बड़ी कामयाब रैली सीगी और उहनूं किरती किसान महापंचायत दा नां दे के साडे नारे सीगे किरती बचाओ किसान बचाओ संविधान बचाओ। ये तिन्ने ही अंडर थ्रैट आ संविधान नूं भी खतरा किसान नूं ते खतरा आपां देख ही रहे ताइए बरूहां ते बैठे आ ते किरती जिहड़े सारे उन्होंने कानून 44 दे 44 तोड़ के 4 लेबर कोड बनाते उन्होंने भी हमला इत्थों के कर्मचारियों ते भी